ਯੂਜਲੀ ਜਦ ਮੈਂ ਕੋਈ ਆਪਣੇ ਆਪ ਜਾਂਦਾ ਜਿੱਦਾਂ ਮਾਲ ਜਾਣਾ ਜਾਂ ਕੁਛ, ਫਿਰ ਤਾਂ ਮੈਂ ਤੇ ਇੱਕ ਮਿੰਟ ਡਿਸਾਈਡ ਕਰਦੇ ਹਾਂ ਮੈਂ ਕੀ ਪਾਉਣਾ, ਇੱਕ ਮਿੰਟ ਜ਼ਿਆਦਾ ਹੈਲਪ ਕਰਦੇ ਨੇ। ਪਰ ਜਿੱਦਾਂ ਹੁਣ ਅੱਜ ਆਏ ਹਾਂ, ਹੁਣ ਪਾਪਾ ਨਾਲ ਹੀ ਮੈਚ ਕਰਨਾ, ਜਿੱਦਾਂ ਅਸੀਂ ਕੈਮਿਸਟਰੀ ਬਣਾ ਕੇ ਕੱਪੜੇ ਪਾਉਂਦੇ ਹਾਂ, ਅੱਜ ਥੋੜ੍ਹਾ ਮਿਸਮੈਚ ਜਿਹਾ ਹੋ ਗਿਆ। ਮਿਸਮੈਚ ਹੋਇਆ ਪੂਰਾ। ਹਾਊ ਡਿਡ ਯੂ ਸੈਲੀਬ੍ਰੇਟ ਯੋਰ ਬਰਥਡੇ? ਮੇਰਾ ਬਰਥਡੇ ਨੋਰਮਲੀ ਇੱਦਾਂ ਹੁੰਦਾ ਸੀ, ਮੈਂ ਮੇਰੇ ਕਾਫੀ ਬਰਥਡੇ ਸੈਲੀਬ੍ਰੇਟ ਹੋਏ ਨੇ ਇੱਦਾਂ, ਅਤੇ ਕਿਉਂਕਿ ਮੈਂ ਪਿੰਡ ਰਹਿੰਦਾ ਸੀ ਘੂਮ, ਹੈ ਨਾ, ਅਤੇ ਕੇਕ ਲਿਆਉਣਾ, ਇੱਕ ਸਿੰਪਲ ਜਿਹਾ ਕੇਕ ਹੋਣਾ, ਹੈ ਨਾ, ਅਤੇ ਉਹ ਕੱਟਣਾ, ਅਤੇ ਫਿਰ ਪਲੇਟਾਂ ਨਾ ਪੱਕੀਆਂ ਆ ਕੇ ਇੱਦਾਂ ਹੀ ਮਿਲਦੀਆਂ ਹੁੰਦੀਆਂ ਸੀ, ਹੈ ਨਾ, ਇੱਕ ਗੁਲਾਬ ਜਾਮਣ, ਇੱਕ ਸਮੋਸਾ, ਇੱਕ ਪੇਸਟਰੀ, ਹੈ ਨਾ, ਸੋ ਇਹ ਥੋੜ੍ਹੀਆਂ ਚੀਜ਼ਾਂ, ਹੈ ਨਾ, ਸੋ ਕੋਕ ਮਿਲਣਾ, ਹੈ ਨਾ, ਜਾਂ ਕੋਲਡ ਡਰਿੰਕ ਕੁਛ, ਹੈ ਨਾ, ਸੋ ਉਹ ਮੇਰੇ ਫਰੈਂਡਸ ਨੇ ਆਉਣਾ, ਅਸੀਂ ਕਰਨਾ, ਉਸ ਤੋਂ ਬਾਅਦ ਨੱਚਣਾ ਟੱਪਣਾ, ਮੈਨੂੰ ਉਦੋਂ ਸਿੰਪਲ ਟੇਪਾਂ ਆਉਂਦੀਆਂ ਸੀ, ਉਹ ਲਾ ਕੇ ਉੱਥੇ ਭੰਗੜੇ ਪਾਉਣੇ, ਹੈ ਨਾ, ਸੋ ਉਹ ਮੇਰੇ ਬਹੁਤ ਬਰਥਡੇ ਇੱਦਾਂ ਸੈਲੀਬ੍ਰੇਟ ਹੋਏ। ਗਿੱਪੀ ਜੀ, ਇੱਕ ਉਹ ਬਲੂਨ ਹੁੰਦਾ ਸੀ ਜਿਹੜਾ ਵਿਚਕਾਰ ਲਾਉਂਦੇ ਸੀ, ਉਹਦੇ 'ਚ ਸਪਾਰਕਲ ਵਗੈਰਾ ਹੁੰਦੀ ਸੀ, ਉਹ ਪਿੰਨ ਦੇ ਨਾਲ ਫੋੜਦੇ ਸੀ ਸਿਰ 'ਤੇ, ਫਿਰ ਸਾਰੇ ਸ਼ੁਰੂ ਕਰਦੇ ਹੈਪੀ ਬਰਥਡੇ, ਫਿਰ ਸ਼ੁਰੂ ਹੁੰਦਾ ਸੀ, ਦੈਟ ਵਾਸ ਦਾ ਕਿਊ ਟੂ ਹੈਪੀ ਬਰਥਡੇ। ਅਤੇ ਇੱਧਰ ਜੂਨੀਅਰ ਗਰੇਵਾਲ ਤੋਂ ਜਾਣਨਾ ਚਾਹਾਂਗੇ, ਹੁਣ ਬਰਥਡੇ ਘਰ 'ਚ ਕਿਵੇਂ ਦੇ ਹੁੰਦੇ ਨੇ? ਹਾਊ ਡੂ ਯੂ ਸੈਲੀਬ੍ਰੇਟ ਯੋਰ ਬਰਥਡੇ? ਸੋ ਜਦ ਛੋਟੇ ਹੁੰਦੇ ਸੀ ਇੰਡੀਆ 'ਚ ਰਹਿੰਦੇ ਸੀ, ਫਿਰ ਤਾਂ ਮੈਂ ਨਾ ਬਸ ਥੀਮ ਜਾਂ ਪਾਇਰੇਟ ਬਣ ਜਾਂਦਾ ਸੀ, ਇੱਦਾਂ ਕੋਸਟਿਊਮ ਪਾ ਕੇ ਥੀਮ ਬਰਥਡੇ ਪਾਰਟੀ, ਹਾਂਜੀ, ਇੱਦਾਂ ਬਣਾਉਂਦੇ ਸੀ। ਪਰ ਹੁਣ ਬਸ ਘਰ ਖਾਣਾ ਲੈ ਕੇ ਫਰੈਂਡਸ ਇਨਵਾਈਟ ਕਰਕੇ ਬਸ ਖੇਡਦੇ ਹਾਂ। ਅੱਛਾ, ਸਿੰਪਲ, ਹੁਣ ਤੁਸੀਂ ਸਿੰਪਲ ਹੋਏ, ਹਲੇ ਤਾਂ ਬਹੁਤ ਸਾਰੇ ਐਕਸਟਰਾ ਐਕਸਟਰਾ ਬਰਥਡੇਜ਼ ਮਨਾਉਣੇ, ਹਲੇ ਤਾਂ 18 ਵਾਲਾ ਬਰਥਡੇ ਆਏਗਾ, ਵੱਡੇ ਵੱਡੇ ਹਲੇ ਆਉਣੇ ਮਾਈਲਸਟੋਨ, ਹਾਂਜੀ। ਬਟ ਓਕੇ, ਹੁਣ ਤੱਕ ਦੇ ਜਿੰਨੇ ਵੀ ਤੁਸੀਂ ਬਰਥਡੇ ਪਾਰਟੀ ਜਿਹੜੇ ਥੀਮ ਵਾਲੇ ਕਹਿ ਰਹੇ ਹੋ, ਵਾਟ ਵਾਜ਼ ਯੋਰ ਫੇਵਰੇਟ ਵਨ? ਮੇਰਾ ਫੇਵਰੇਟ ਵਨ ਤਾਂ ਇੱਕ ਵਾਰੀ ਮਿਨੀਅਨਸ ਦਾ ਕੀਤਾ ਸੀ, ਮੈਨੂੰ ਪੂਰਾ ਮਿਨੀਅਨਸ ਦਾ ਕੋਸਟਿਊਮ ਪਾ ਕੇ ਅਸੀਂ ਗਏ ਸੀਗੇ, ਉੱਥੇ ਮਜ਼ਾ ਆਇਆ ਸੀ, ਅਤੇ ਇੱਕ ਬਾਸਕਟਬਾਲ ਵਾਲਾ। ਵਾਓ, ਬਾਸਕਟਬਾਲ ਵਾਲਾ, ਆਈ ਥਿੰਕ ਤੁਸੀਂ ਸਨੈਪਚੈਟ ਤੇ ਸ਼ੇਅਰ ਵੀ ਕੀਤਾ ਸੀ ਉਹ ਵਾਲਾ ਬਰਥਡੇ, ਆਈ ਥਿੰਕ ਕੀਤਾ ਹੋਣਾ ਜੀ ਮੈਂ, ਕਿਉਂਕਿ ਇਹਨੂੰ ਬਾਸਕਟਬਾਲ ਦਾ ਤਾਂ ਬਹੁਤ ਹੀ ਆ ਨੋਰਮਲੀ, ਇਹ ਕਈ ਵਾਰੀ ਹੁਣ ਵੀ ਜਦੋਂ ਏਕਮ ਦਾ ਵੀ ਬਰਥਡੇ ਹੁੰਦਾ ਜਾਂ ਸਮਾ ਹੋ ਇਹਦਾ ਵੀ ਬਰਥਡੇ ਹੁੰਦਾ, ਤਾਂ ਇਹਨਾਂ ਨੂੰ ਪੁੱਛੋ ਕਿ ਬਰਥਡੇ ਕਿੱਦਾਂ ਮਨਾਉਣਾ, ਇਹ ਕਹਿਣਗੇ ਸਾਨੂੰ ਇੱਕ ਇਨਡੋਰ ਉਹ ਬੁੱਕ ਕਰ ਦਿਓ, ਕੀ ਬਾਸਕਟਬਾਲ, ਬਾਸਕਟਬਾਲ ਦਾ ਕੋਰਟ, ਹੈ ਨਾ, ਤੁਸੀਂ ਉਹ ਪਾਈ ਸੀ ਸਨੈਪਚੈਟ ਤੇ, ਉੱਥੇ ਜਾ ਕੇ ਸਾਰੇ ਜਣੇ ਗੇਮ ਖੇਲਣਗੇ 3-4 ਘੰਟੇ, ਉਸ ਤੋਂ ਬਾਅਦ ਵਿੱਚ ਆ ਕੇ ਘਰੇ ਬਸ ਖਾਣਾ ਖੁਣਾ ਖਾ ਕੇ ਫਿਰ ਨੱਚਲੇ ਟੱਪਲੇ ਬਸ ਉਹ। ਅੱਛਾ, ਮਿਲੇਨੀਅਲਸ ਦੀ ਜੇ ਗੱਲ ਕਰੀਏ ਗਿੱਪੀ ਜੀ, ਉਦੋਂ ਨਾ, ਮਤਲਬ ਮੈਂ ਸੱਚੀ ਦੱਸਾਂ, ਬੱਚੇ 10-12 ਸਾਲ ਤੱਕ ਦੇ ਹੋ ਜਾਂਦੇ ਸੀ, ਅਤੇ ਸਾਡੀ ਜਿਹੜੀ ਮੰਮਾ ਹੁੰਦੀ ਸੀ ਨਾ, ਉਹੀ ਜਾਂ ਡੈਡੀ ਹੁੰਦੇ ਸੀ, ਉਹੀ ਡਿਸਾਈਡ ਕਰਦੇ ਸੀ ਬੱਚਾ ਕੀ ਪਾ ਕੇ ਜਾਊਗਾ ਬਾਹਰ, ਜਾਂ ਜਦੋਂ ਜਨਮ ਦਿਨ ਹੈ ਤਾਂ ਉਹ ਕੀ ਪਾਊਗਾ, ਕਿਵੇਂ ਦਾ ਲੱਗੂਗਾ ਨਾ, ਸਾਰਾ ਕੁਛ ਉਹੀ, ਵਾਲ ਵੀ ਉਹੀ ਵਾਹੁੰਦੇ ਹੁੰਦੇ ਸੀ, ਸਾਰਾ ਕੁਛ A to Z। ਬਟ ਓਬਵੀਅਸਲੀ ਅੱਜ ਕੱਲ੍ਹ ਦੀ ਜਨਰੇਸ਼ਨ, ਦੇ ਨੋ ਦਾ ਫੈਸ਼ਨ ਸੈਂਸ, ਦੇ ਨੋ ਐਵਰੀਥਿੰਗ ਕਿ ਮੈਂ ਕਿਚ ਵਧੀਆ ਲੱਗ ਰਿਹਾ। ਸੋ ਪਹਿਲਾਂ ਤੁਹਾਨੂੰ ਪੁੱਛਣਾ ਚਾਹੂੰਗੀ ਜੂਨੀਅਰ ਗਰੇਵਾਲ ਦੇ ਕੋਲੋਂ, ਕਿ ਤੁਸੀਂ ਹੁਣ ਜਿੱਦਾਂ ਮੰਨ ਲਓ ਅੱਜ ਡਰੈਸਅਪ ਹੋ ਕੇ ਆਏ ਹੋ, ਕੀ ਇੰਸਪੀਰੇਸ਼ਨ ਸੀ, ਕਿੰਨੇ ਹੈਲਪ ਕੀਤਾ, ਵਾਟ ਇਜ਼ ਇਟ? ਯੂਜਲੀ ਜਦ ਮੈਂ ਕੋਈ ਆਪਣੇ ਆਪ ਜਾਂਦਾ ਜਿੱਦਾਂ ਮਾਲ ਜਾਣਾ ਜਾਂ ਕੁਛ, ਫਿਰ ਤਾਂ ਮੈਂ ਤੇ ਇੱਕ ਮਿੰਟ ਡਿਸਾਈਡ ਕਰਦੇ ਹਾਂ ਮੈਂ ਕੀ ਪਾਉਣਾ, ਇੱਕ ਮਿੰਟ ਜ਼ਿਆਦਾ ਹੈਲਪ ਕਰਦੇ ਨੇ। ਪਰ ਜਿੱਦਾਂ ਹੁਣ ਅੱਜ ਆਏ ਹਾਂ, ਹੁਣ ਪਾਪਾ ਨਾਲ ਹੀ ਮੈਚ ਕਰਨਾ, ਜਿੱਦਾਂ ਅਸੀਂ ਕੈਮਿਸਟਰੀ ਬਣਾ ਕੇ ਕੱਪੜੇ ਪਾਉਂਦੇ ਹਾਂ, ਅੱਜ ਥੋੜ੍ਹਾ ਮਿਸਮੈਚ ਜਿਹਾ ਹੋ ਗਿਆ, ਬਟ ਹਾਂ ਪਾਪਾ ਨਾਲ ਹੀ ਕਰਦੇ ਹਾਂ। ਓਕੇ, ਤੇ ਗਿੱਪੀ ਜੀ, ਤੁਹਾਨੂੰ ਇਹ ਚੀਜ਼ ਯਾਦ ਹੈ ਨਾ ਵੀ ਜਦੋਂ? ਹਾਂਜੀ 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 ਹਾਂਜੀ, ਆਪਣੇ ਤਾਂ ਹੁੰਦੇ ਹੀ ਇੱਦਾਂ ਸੀ, ਕਿਉਂਕਿ ਕੱਪੜੇ ਲੈਣ ਕਦੇ ਗਏ ਨਹੀਂ ਹੁੰਦੇ, ਕਦੇ ਕਿਸੇ ਨੇ ਲਿਆ ਕੇ ਨਿੱਕਰ ਦਿੱਤੀ, ਕਦੇ ਕਿਸੇ ਨੇ ਕੁਛ ਦਿੱਤਾ, ਕਈ ਵਾਰੀ ਉਹਦਾ ਕੁਛ ਮੈਚ ਵੀ ਨਹੀਂ ਸੀ ਹੁੰਦਾ, ਹੈ ਨਾ, ਨਿੱਕਰ ਕੁਛ ਹੋਰ ਹੁੰਦੇ ਸੀ, ਬੂਟ ਕੁਛ ਹੋਰ ਹੁੰਦੇ ਸੀ, ਹੈ ਨਾ, ਸੋ ਹੁਣ ਕਈ ਚੀਜ਼ਾਂ ਦੇਖਦੇ ਹਾਂ ਉਹ, ਹੈ ਨਾ, ਬਟ ਕੀ ਆ ਕਿ ਫੈਸ਼ਨ ਆ ਜੀ ਜਿਹੜਾ ਮੈਂ ਦੇਖਦਾ, ਘੁੰਮ ਘੁੰਮ ਕੇ ਉਹੀ ਚੀਜ਼ਾਂ ਵਾਪਸ ਆ ਜਾਂਦੀਆਂ, ਕਦੇ ਖੁੱਲੀਆਂ ਪੈਂਟਾਂ ਹੋ ਜਾਂਦੀਆਂ, ਕਦੇ ਕੁਛ ਹੋ ਜਾਂਦਾ, ਉਦੋਂ ਬੜਾ ਹੱਸਦੇ ਹੁੰਦੇ ਸੀ, ਕੋਈ ਕੋਟ ਪੈਂਟ ਦੇ ਨਾਲ ਕੋਈ ਸਪੋਰਟ ਸ਼ੂਜ਼ ਪਾ ਕੇ ਆ ਜਾਵੇ, ਅਸੀਂ ਬੜਾ ਹੱਸਣਾ ਕਿ ਯਾਰ ਇਹਨੇ ਸਪੋਰਟ ਸ਼ੂਜ਼ ਪਾ ਲਏ, ਇਹਨੂੰ ਪਤਾ ਹੀ ਨਹੀਂ, ਹੁਣ ਵਾਪਸ ਆ ਗਏ, ਹੁਣ ਫਿਰ ਅਸੀਂ ਉੱਦਾਂ ਦੇ ਸ਼ੂ ਪਾ ਕੇ ਘੁੰਮੇ ਰਹਿੰਦੇ ਹਾਂ ਆਪ ਪੈਂਟਾਂ ਕੋਟਾਂ ਦੇ ਨਾਲ, ਸੋ ਪਤਾ ਨਹੀਂ ਲੱਗਦਾ ਹੈਗਾ ਕੀ ਹੋ ਰਿਹਾ ਜੀ।